ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਮਿੱਠੂ ਚੱਡਾ, ਵਾਈਸ ਪ੍ਰਧਾਨ ਪੰਜਾਬ ਯੁਵਾ ਮੋਰਚਾ BJP। ਅੱਜ ਸਾਰਿਆਂ ਨੂੰ ਅਪੀਲ ਕਰਨ ਲਈ ਇਕੱਠਾ ਹੋਇਆ ਹਾਂ। ਥਰੂ ਪੱਤਰਕਾਰਾਂ ਰਾਹੀਂ ਮੈਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹਾਂ, ਕੱਲ੍ਹ 3:30 ਵਜੇ ਵੈਨਿਊ ਲੀ ਬੈਰਨ ਵਿੱਚ ਆਲ ਇੰਡੀਆ ਪ੍ਰੈਜ਼ੀਡੈਂਟ ਤੇਜਸਵੀ ਸੂਰਿਆ ਜੀ ਆ ਰਹੇ ਨੇ, ਜਿਨ੍ਹਾਂ ਦੇ ਨਾਲ MP ਰਵਨੀਤ ਸਿੰਘ ਬਿੱਟੂ ਜੀ ਦੀ ਅਸੀਂ ਇਲੈਕਸ਼ਨ ਲਈ ਲੋਕਾਂ ਨੂੰ ਅਪੀਲ ਕਰਨੀ ਹੈ। ਇਹ ਮੁੱਦਾ ਹੈ ਸਾਡਾ, ਅਤੇ ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਯੁਵਾ ਮੋਰਚਾ BJP ਨੂੰ ਸਟਰੋਂਗ ਕਰਨ ਲਈ ਇਹ ਮੀਟਿੰਗ ਕੀਤੀ ਜਾ ਰਹੀ ਹੈ, ਅਤੇ ਬੜੇ ਹੀ ਘੱਟ ਸਮੇਂ ਦੇ ਵਿੱਚ ਤੁਹਾਨੂੰ ਪੱਤਰਕਾਰਾਂ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਯੁਵਾ ਮੋਰਚਾ ਇੰਨੀ ਤਾਕਤ, ਵੱਡੀ ਤਾਕਤ ਬਣੂਗੀ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ, ਕਿ ਆਉਣ ਵਾਲੀਆਂ ਜਿੰਨੀਆਂ ਅਕਾਲੀ ਦਲ, ਕਾਂਗਰਸ, ਇਹ SOI ਵਰਗੇ ਕਈ ਨਾਮ ਨੇ ਜਿਹੜੇ ਲੋਕ ਕਹਿੰਦੇ ਆ ਵੀ ਇਹ ਯੂਥ ਚਲਾ ਰਹੇ ਨੇ, ਇਹ ਭੁੱਲ ਜਾਣਗੇ ਲੋਕ। ਮੈਂ ਚਾਹੁੰਦਾ ਤੁਸੀਂ ਵੱਧ ਚੜ੍ਹ ਕੇ ਸਾਡੇ ਨਾਲ ਜੁੜੋ, ਤੁਹਾਡੀਆਂ ਤਾਕਤਾਂ, ਤੁਹਾਡੇ ਕੰਮਕਾਰ, ਤੁਹਾਡੇ ਕਾਰੋਬਾਰ, ਚਾਹੇ ਜਿਹੋ ਜਿਹੇ ਮਰਜ਼ੀ ਹੋਣ, ਯੁਵਾ ਮੋਰਚਾ ਪੂਰੀ ਵੱਧ ਚੜ੍ਹ ਕੇ ਤੁਹਾਡੇ ਕਾਰੋਬਾਰ ਦੇ ਵਿੱਚ ਹਿੱਸਾ ਲਊਗੀ, ਤੁਹਾਡੇ ਕੰਮ ਕਰਾਵਾਂਗੇ, ਤੁਹਾਡੇ ਨਾਲ ਖੜਾਂਗੇ। ਬਹੁਤ ਬਹੁਤ ਬਿਲਕੁਲ ਨਿਭਾਈਆਂ ਜੀ। ਨਹੀਂ, ਕਾਂਗਰਸ ਛੱਡਣ ਦਾ ਕਾਰਨ ਬੇਸਿਕਲੀ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਬਹੁਤ ਜ਼ਿਆਦਾ ਡਿਸਕੰਫਰਟ ਰਿਹਾ ਮੈਂ, ਅਤੇ ਜਦੋਂ ਕੰਮ ਕਰਦੇ ਸੀ, ਦੇਖੋ ਮੈਂ ਨਿੰਦਿਆ ਨਹੀਂ ਕਿਸੇ ਨੂੰ ਲੈਣੀ ਵੀ ਆਪਾਂ ਨਿੰਦਿਆ ਕਰਕੇ ਇੱਧਰ ਆਏ ਹਾਂ, ਪਰ ਉਹਨਾਂ ਦੇ ਕੰਮ ਕਰਨ ਦਾ ਤਰੀਕਾ, ਆਪਸ 'ਚ ਗੁੱਟਬਾਜ਼ੀ, ਆਪਸ 'ਚ ਲੜਾਈ, ਜਿਹੜੀ ਕਿ ਸਾਨੂੰ ਕੰਮ ਕਰਨ ਦੇ ਤਰੀਕੇ ਦੇ ਵਿੱਚ ਰੁਕਾਵਟ ਪੈਦਾ ਕਰਦੀ ਸੀ। ਬਿਲਕੁਲ ਜੀ, ਜਦੋਂ ਦੇਖੋ ਨਾ ਇੱਕ ਬੰਦੇ ਨਾਲ ਆਪਾਂ ਖੜ ਗਏ, ਇੱਕ ਲੀਡਰ ਨਾਲ, ਹਰ ਵਾਰੀ ਧੜਾ ਕੰਮ ਆਉਂਦਾ। ਆਪਾਂ ਕਿਸੇ ਵੀ ਪਾਰਟੀ 'ਚ ਚੱਲੀਏ, ਧੜਾ ਜ਼ਰੂਰ ਹੁੰਦਾ ਕਿ ਅਸੀਂ ਇਸ ਧੜੇ ਦੇ ਹਾਂ, ਔਰ ਦੋਸਤੀ ਯਾਰੀ ਵੀ ਲਾ ਲਓ, ਉਹਦੇ 'ਚ ਵੀ ਸਟੈਂਡ ਇੱਦਾਂ ਹੀ ਆ। ਪੱਤਰਕਾਰਾਂ 'ਚ ਲਾ ਲਓ ਕਿ ਜੇ ਮੈਂ ਵੀਰ ਨਾਲ ਚੱਲਦਾ, ਅਤੇ ਜ਼ਿਆਦਾਤਰ ਪਿਆਰ ਇੱਕ ਨਾਲ ਹੀ ਹੁੰਦਾ ਨਾ, ਉਹਦੇ ਵਿੱਚ ਇੱਕ ਨਾਲ ਖੜੋ ਤਾਂ ਦੂਜਾ ਤਾਂ ਤੁਹਾਡੇ ਐਂਟੀ ਹੋ ਜਾਂਦਾ ਆ। ਇੰਨੀ ਜ਼ਿਆਦਾ ਲੜਾਈ ਝਗੜਾ ਆ ਉਸ ਪਾਰਟੀ ਦੇ ਵਿੱਚ। ਔਰ ਸੈਕਿੰਡ ਥਿੰਗ, ਜਦੋਂ ਕਿਸੇ ਦਾ ਕੰਮ ਕਰਾਉਣ ਜਾਓ ਤਾਂ ਡਿਸਿਪਲਿਨ ਹੀ ਹੈ ਨਹੀਂ ਗਾ ਪਾਰਟੀ ਦੇ ਵਿੱਚ। ਆਪਾਂ ਯੁਵਾ ਨੂੰ ਸਟਰੋਂਗ ਕਰਨਾ, ਉਹਨਾਂ ਨੂੰ ਜੋੜਨਾ, ਉਹਨਾਂ ਨੂੰ ਅਹੁਦੇ ਦਿਵਾਉਣੇ ਆ, ਉਹਨਾਂ ਦੇ ਨਾਲ ਉਹਨਾਂ ਦੀ ਪਿੱਠ ਨੂੰ ਸਟਰੋਂਗ ਕਰਨਾ। ਕਿੱਦਾਂ ਕਰੀਏ ਜਦੋਂ ਅੱਗੇ ਪਤਾ ਹੀ ਨਹੀਂ ਪੰਜਾਬ ਦਾ ਲੀਡਰ ਕੌਣ ਆ, ਸਵੇਰੇ ਕੋਈ ਹੋਰ ਹੈ, ਪਰਸੋਂ ਕੋਈ ਹੋਰ ਹੈ, ਸਿੱਧੂ ਜੀ ਅਲੱਗ ਚੱਲ ਰਹੇ ਆ, ਰਾਜਾਮਣੀ ਅਲੱਗ ਚੱਲ ਰਹੇ ਆ, ਲੁਧਿਆਣਾ ਦੇ ਵਿੱਚ ਅੱਜ ਆਏ ਨੇ ਉਹ, ਲੁਧਿਆਣੇ 'ਚ ਹੋਰ ਅਲੱਗ ਚੱਲ ਰਹੇ ਆ, ਆਸ਼ੂ ਜੀ ਇੱਥੇ ਅਲੱਗ ਚੱਲ ਰਹੇ ਆ, ਇਸ ਕਰਕੇ ਪਤਾ ਹੀ ਨਹੀਂ ਕੁਛ ਲੱਗ ਰਿਹਾ। BJP ਦੇ ਵਿੱਚ ਇੱਕ ਡਿਸਿਪਲਿਨ ਹੈ, ਉੱਪਰ ਤੋਂ ਲੈ ਕੇ ਥੱਲੇ ਤੱਕ ਦੇਖੋ, ਯੁਵਾ ਮੋਰਚਾ ਦੇ ਵਿੱਚ ਜੁਆਇੰਟ ਸੈਕਟਰੀ ਹੈ, ਸੈਕਟਰੀ ਹੈ, ਉਹਨਾਂ ਬਕਾਇਦਾ ਉਹਨਾਂ ਨੂੰ ਜਿਵੇਂ ਹੁਣ ਮੈਂ ਪ੍ਰੋਗਰਾਮ ਮੈਂ ਕਰ ਰਿਹਾ, ਆਲ ਇੰਡੀਆ ਨੈਸ਼ਨਲ ਪ੍ਰੈਜੀਡੈਂਟ ਦਾ ਪ੍ਰੋਗਰਾਮ ਮੈਂ ਕਰ ਰਿਹਾ, ਬਟ ਟੀਮਾਂ ਨੂੰ ਮੈਸੇਜ ਉੱਤੋਂ ਲੱਗੇ, ਡਿਸਿਪਲਿਨ ਦੇਖੋ, ਜੁਆਇੰਟ ਸੈਕਟਰੀ ਸੈਕਟਰੀ ਆ ਕੇ ਮੈਨੂੰ ਪੁੱਛ ਰਹੇ ਆ, ਉਹਨਾਂ ਨੇ ਆਪਣੀ ਡਿਊਟੀਆਂ ਸਾਂਭੀਆਂ, ਉਹ ਅਲੱਗ ਆਪਣਾ ਕੰਮ ਕਰ ਰਹੇ, ਮੈਂ ਅਲੱਗ ਕਰ ਰਿਹਾ, ਬਟ ਹੈ ਇਕੱਠੇ, ਮਜ਼ਾ ਆ ਰਿਹਾ ਕੰਮ ਕਰਕੇ। ਮੈਂ ਤੁਹਾਨੂੰ ਇੱਕ ਗੱਲ ਕਹਾਂ ਜੀ, ਤੁਸੀਂ ਤਕੜੇ ਹੋ ਜਾਓ। ਪੱਤਰਕਾਰ ਅਗਰ ਮੇਰਾ ਮੈਸੇਜ ਸਹੀ ਕਨਵੇ ਕਰ ਦਿੰਦੇ ਆ ਨਾ, ਅਗਰ ਮੇਰੇ ਵੀਰ ਮੈਨੂੰ ਬਾਂਹ ਘੁੱਟ ਕੇ ਫੜ ਲੈਂਦੇ ਆ, ਤਾਂ ਮੈਨੂੰ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ। ਸਾਡਾ ਕੰਮ ਹੀ ਇਹੋ ਜਿਹਾ ਹੋਊਗਾ, ਯੂਥ ਆਪ ਕਹੂਗਾ, ਲੀਡਰ ਸਾਡਾ ਹੋਵੇ ਤਾਂ ਚੱਡੇ ਵਰਗਾ ਹੋਵੇ, ਅਸੀਂ ਕੰਮ ਹੀ ਹਿਸਾਬ ਨਾਲ ਕਰਾਂਗੇ। ਰਾਤ ਦੇ 2:30 ਵਜੇ ਹੋਣ, 3 ਵਜੇ ਹੋਣ, ਸਵੇਰੇ 5 ਵਜੇ ਹੋਣ, ਮੈਂ ਪੱਤਰਕਾਰਾਂ ਰਾਹੀਂ ਸਭ ਨੂੰ ਕਹਿਣਾ ਚਾਹੁੰਦਾ ਹਾਂ, ਇਸ ਗੱਲ ਤੋਂ ਜੇ ਮੁਕਰਾਂ ਤਾਂ ਵੀਡੀਓ ਚਲਾ ਦਿਓ, ਮੇਰਾ ਫੋਨ 24 ਘੰਟੇ ਔਨ ਰਹਿੰਦਾ ਹੈ। ਲੋਕ 11 ਵਜੇ ਤੋਂ ਬਾਅਦ 9 ਵਜੇ ਤੋਂ ਬਾਅਦ ਪ੍ਰੋਗਰਾਮ ਬੰਦ ਕਰ ਦਿੰਦੇ ਆ, ਆਪਣੇ ਫੋਨ ਬੰਦ ਕਰ ਦਿੰਦੇ ਆ, ਆਪਣੇ ਪਰਿਵਾਰ 'ਚ ਰੁੱਝ ਜਾਂਦੇ ਆ। ਮੈਂ ਪਰਿਵਾਰ ਨੂੰ ਪਿੱਛੇ ਛੱਡ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ, ਪਰ ਇਹ ਮੈਸੰਜਰ ਤੁਸੀਂ ਹੋ, ਇਹ ਪੱਤਰਕਾਰਾਂ ਦੇ ਰਾਹੀਂ ਕੰਮ ਹੋ ਸਕਦਾ, ਠੀਕ ਹੈ। ਅਗਰ ਲੋਕਾਂ ਦੇ ਵਿੱਚ ਤੁਸੀਂ ਮੈਸੇਜ ਮੇਰਾ ਦਿੰਦੇ ਹੋ, ਮੇਰੇ ਕੰਮ ਕਰਨ ਦੇ ਤਰੀਕੇ ਉਹਨਾਂ 'ਚ ਰੱਖਦੇ ਹੋ, ਤਾਂ ਮੈਨੂੰ ਕਿਸੇ ਨੂੰ ਅਪੀਲ ਨਹੀਂ ਕਰਨੀ ਪੈਣੀ ਕਿ ਮੇਰੇ ਨਾਲ ਜੁੜੋ। ਓਕੇ ਜੀ, ਧੰਨਵਾਦ।